ਪ੍ਰਭੂ ਯੇਸ਼ੂ ਮਸੀਹ ਦੇ ਨਾਂ ਦੇ ਵਿੱਚ ਤੁਹਾਨੂੰ ਸਭ ਨੂੰ ਹੀ ਜੈ ਮਸੀਹ ਦੀ। ਆਓ ਅੱਜ ਆਪਾਂ ਪਰਮੇਸ਼ੁਰ ਦੇ ਵਚਨਾਂ 'ਚੋਂ ਦੇਖਾਂਗੇ ਇਬਰਾਨੀਆਂ ਪਾਕ 11। ਨੇਚਾ ਦੇ ਸੂਰਬੀਰ। ਹੁਣ ਨੇਚਾ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਹੈ ਅਤੇ ਅਣਡਿੱਠ ਵਸਤਾਂ ਦੀ ਸਬੂਤੀ ਹੈ। ਇਸੇ ਵਿਖੇ ਬਜ਼ੁਰਗਾਂ ਦੇ ਲਈ ਸਾਖੀ ਦਿੱਤੀ ਗਈ। ਨੇਚਾ ਨਾਲ ਅਸੀਂ ਜਾਣਦੇ ਹਾਂ ਭਾਈ ਜਗਤ ਪਰਮੇਸ਼ੁਰ ਦੇ ਫਰਮਾਨ ਨਾਲ ਸਾਜਿਆ ਗਿਆ ਜੋ ਕੁਝ ਵੇਖਣ ਵਿੱਚ ਆਉਂਦਾ ਹੈ, ਸੋ ਡਿੱਠੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਾਇਆ। ਨੇਚਾ ਨਾਲ ਹਾਬਿਲ ਤੇ ਕਾਇਨ ਨਾਲੋਂ ਪਰਮੇਸ਼ੁਰ ਦੇ ਅੱਗੇ ਉੱਤਮ ਬਲੀਦਾਨ ਚੜਾਇਆ, ਜਿਸ ਕਰਕੇ ਸਾਖੀ ਦਿੱਤੀ ਗਈ ਭਾਈ ਉਹ ਧਰਮੀ ਹੈ, ਕਿਉਂ ਜੋ ਪਰਮੇਸ਼ੁਰ ਨੇ ਉਹਦੀਆਂ ਭੇਟਾਂ ਵਿਖੇ ਸਾਖੀ ਦਿੱਤੀ ਅਤੇ ਉਸ ਨੇਚਾ ਦੇ ਰਾਹੀਂ ਉਹ ਹੁਣ ਤੀਕਰ ਬੋਲਦਾ ਹੈ। ਭਾਵੇਂ ਉਹ ਮਰ ਗਿਆ, ਨੇਚਾ ਨਾਲ ਹਨੋਕ ਉਹ ਤਾਂ ਉਠਾਇਆ ਗਿਆ ਭਾਈ ਮੌਤ ਨਾ ਵੇਖੇ ਅਤੇ ਉਹਦਾ ਪਤਾ ਨਾ ਲੱਗਾ, ਇਸ ਲਈ ਜੋ ਪਰਮੇਸ਼ੁਰ ਨੇ ਉਹਨੂੰ ਉਤਾਂਹ ਚੁੱਕ ਲਿਆ, ਕਿਉਂ ਜੋ ਉਹ ਨੇ ਉਤਾਂਹ ਚੁੱਕੇ ਜਾਣ ਤੋਂ ਪਹਿਲਾਂ ਇਹ ਸਾਖੀ ਦਿੱਤੀ ਗਈ ਸੀ ਭਾਈ ਉਹ ਪਰਮੇਸ਼ੁਰ ਦੇ ਮਨ ਪਾਉਂਦਾ ਹੈ ਅਤੇ ਨੇਚਾ ਬਾਜੋ ਉਹ ਦੇ ਮਨ ਨੂੰ ਪਾਉਣਾ ਅਣਹੋਣਾ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਾਈ ਉਹ ਹੈ। ਨਾਲੇ ਇਹ ਵੀ ਭਾਈ ਉਹ ਆਪਣਿਆਂ ਤਾਲਿਬਾਂ ਦਾ ਫਲਦਾਤਾ ਹੈ। ਨੇਚਾ ਨਾਲ ਨੂੰ ਨੇ ਪਰਮੇਸ਼ੁਰ ਕੋਲੋਂ ਉਹਨਾਂ ਵਸਤਾਂ ਦੀ ਖਬਰ ਪਾ ਕੇ ਜਿਹੜੀਆਂ ਅਜੇ ਅਣਡਿੱਠ ਹਨ ਸਹਿਮ ਕੇ ਆਪਣੇ ਘਰ ਦੇ ਬਚਾਓ ਲਈ ਕਿਸ਼ਤੀ ਬਣਾਈ ਅਤੇ ਉਸ ਨੇਚਾ ਕਾਰਨ ਉਸ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਰਮ ਦਾ ਅਧਿਕਾਰੀ ਹੋਇਆ ਜਿਹੜਾ ਨੇਚਾ ਤੋਂ ਹੀ ਹੁੰਦਾ ਹੈ। ਨੇਚਾ ਨਾਲ ਅਬਰਾਹਮ ਜਾਂ ਸੱਦਿਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਹਨੂੰ ਉਹਨੇ ਅਧਿਕਾਰ ਵਿੱਚ ਲੈਣਾ ਸੀ। ਭਾਵੇਂ ਉਹ ਨਹੀਂ ਸੀ ਜਾਣਦਾ ਭਾਈ ਮੈਂ ਕਿੱਧਰ ਨੂੰ ਲੱਗਾ ਜਾਂਦਾ ਹਾਂ, ਤਾਂ ਵੀ ਨਿਕਲ ਤੁਰਿਆ। ਨੇਚਾ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਾਕ ਤੇ ਯਾਕੂਬ ਨਾਲ ਜਿਹੜੇ ਉਸ ਦੇ ਸੰਗ ਉਸ ਵਾਇਦੇ ਦੇ ਅਧਿਕਾਰੀ ਸਨ ਤੰਬੂਆਂ ਵਿੱਚ ਵਾਸ ਕੀਤਾ, ਕਿਉਂ ਜੋ ਉਹ ਉਸ ਦੀ ਨਗਰ ਦੀ ਉਡੀਕ ਕਰਦਾ ਸੀ ਜਿਹਦੀਆਂ ਨੀਹਾਂ ਹਨ, ਜਿਹਦਾ ਕਾਰੀਗਰ ਬਣਾਉਣ ਵਾਲਾ ਪਰਮੇਸ਼ੁਰ ਹੈ। ਨੇਚਾ ਨਾਲ ਸਰਾ ਨੇ ਆਪ ਵੀ ਜਦੋਂ ਬੁੱਢੀ ਹੋ ਗਈ ਗਰਭਵਤੀ ਹੋਣ ਦੀ ਸ਼ਕਤੀ ਪਾਈ, ਇਸ ਲਈ ਜੋ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ। ਉਪਰੰਤ ਇੱਕ ਤੋਂ ਜੋ ਮੁਰਦਾ ਜਿਹਾ ਸੀ ਇੰਨੇ ਕੁ ਉਤਪਤ ਹੋਏ ਜਿੰਨੇ ਬਹੁਤਾਇਤ ਕਰਕੇ ਆਕਾਸ਼ ਦੇ ਤਾਰੇ ਹਨ, ਜਿੰਨੇ ਕੁ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਜੋ ਅਣਗਿਣਤ ਹਨ, ਇਹ ਸਭੇ ਨੇਚਾ ਵਿੱਚ ਮਰ ਗਏ ਤੇ ਉਹਨਾਂ ਨੂੰ ਦਿੱਤੇ ਹੋਏ ਵਚਨ ਪ੍ਰਾਪਤ ਨਾ ਹੋਏ, ਪਰ ਉਹ ਦੂਰੋਂ ਉਹਨਾਂ ਨੂੰ ਵੇਖ ਕੇ ਜੀ ਆਇਆ ਨੂੰ ਆਖਿਆ ਤੇ ਮੰਨ ਲਿਆ ਭਾਈ ਅਸੀਂ ਧਰਤੀ ਉੱਤੇ ਓਪਰੇ ਅਤੇ ਪਰਦੇਸੀ ਹਾਂ, ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪ੍ਰਗਟ ਕਰਦੇ ਹਨ ਭਾਈ ਅਸੀਂ ਆਪਣੇ ਵਤਨ ਨੂੰ ਪਾਲਦੇ ਹਾਂ ਅਤੇ ਜੇ ਉਸ ਦੇਸ਼ ਨੂੰ ਜੋ ਜਿਸ ਤੋਂ ਨਿਕਲ ਆਏ ਸਨ ਚੇਤੇ ਰੱਖਦੇ ਤਾਂ ਉਹਨਾਂ ਨੂੰ ਮੁੜ ਜਾਣ ਦਾ ਵੇਲਾ ਹੁੰਦਾ, ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ਼ ਨੂੰ ਲੋਚਦੇ ਹਨ। ਇਸ ਕਾਰਨ ਪਰਮੇਸ਼ੁਰ ਉਹਨਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ੁਰ ਕਹਾਵੇ, ਕਿਉਂ ਜੋ ਉਹਨੇ ਉਹਨਾਂ ਲਈ ਇੱਕ ਨਗਰੀ ਤਿਆਰ ਕਰ ਛੱਡੀ ਹੈ।
ਨਿਚਾ ਨਾਲ ਅਬਰਾਹਮ ਨੇ ਜਦ ਪਰਤਾਇਆ ਗਿਆ ਤਾਂ ਇਜ਼ਾਕ ਨੂੰ ਬਲੀਦਾਨ ਲਈ ਚੜਾਇਆ। ਹਾਂ, ਆਪਣੇ ਇਕਲੌਤੇ ਨੂੰ ਉਹ ਜਿਹਨੂੰ ਵਾਅਦੇ ਦਿੱਤੇ ਗਏ ਹਨ ਚੜਾਉਣ ਲੱਗਾ। ਅਤੇ ਜਿਹੇ ਨੂੰ ਇਹ ਆਖਿਆ ਗਿਆ ਸੀ, ਭਾਈ ਇਜ਼ਾਕ ਤੋਂ ਤੇਰੀ ਅੰਸ਼ ਅਖਵਾਏਗੀ, ਕਿਉਂ ਜੋ ਉਹਨੇ ਵਿਚਾਰ ਕੀਤਾ ਜੋ ਪਰਮੇਸ਼ਰ ਮੁਰਦਿਆਂ ਵਿੱਚੋਂ ਵੀ ਉਠਾਉਣ ਨੂੰ ਸਮਰੱਥ ਹੈ, ਜਿਨ੍ਹਾਂ ਵਿੱਚ ਉਹਨੇ ਮਨੋ ਉਹਨੂੰ ਪ੍ਰਾਪਤ ਕੀਤਾ। ਨੇਚਾ ਨਾਲ ਇਜ਼ਾਕ ਨੇ ਹੋਣ ਵਾਲੀਆਂ ਗੱਲਾਂ ਵਿਖੇ ਵੀ ਯਾਕੂਬ ਤੇ ਈਸਾਊ ਨੂੰ ਆਸੀਸ ਦਿੱਤੀ। ਨੇਚਾ ਨਾਲ ਯਾਕੂਬ ਦੇ ਮਰਨ ਲੱਗਿਆਂ ਯੂਸਫ ਦੇ ਪੁੱਤਰ ਨੂੰ ਇੱਕ ਇੱਕ ਕਰਕੇ ਆਸ਼ੀਸ਼ ਦਿੱਤੀ ਅਤੇ ਆਪਣੇ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ। ਨੇਚਾ ਨਾਲ ਯੂਸਫ ਨੇ ਆਪਣੇ ਅੰਤਕਾਲ ਦੇ ਵੇਲੇ ਇਜ਼ਰਾਈਲੀਆਂ ਦੇ ਉੱਥੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਵਿਖੇ ਹੁਕਮ ਦਿੱਤਾ। ਨੇਚਾ ਨਾਲ ਜਾਂ ਮੂਸਾ ਜੰਮਿਆ ਤਾਂ ਉਹਦੇ ਮਾਪਿਆਂ ਨੇ ਉਹਨੂੰ 3 ਮਹੀਨਿਆਂ ਤੀਕ ਲੁਕਾ ਰੱਖਿਆ, ਕਿਉਂ ਜੋ ਉਹਨਾਂ ਵੇਖਿਆ ਭਾਈ ਬਾਲਕ ਸੋਹਣਾ ਹੈ, ਉਹ ਪਾਤਸ਼ਾਹ ਦੇ ਫਰਮਾਨ ਤੋਂ ਨਾ ਡਰੇ। ਨੇਚਾ ਨਾਲ ਮੂਸਾ ਨੇ ਜਾਂ ਸਿਆਣਾ ਹੋਇਆ ਤਾਂ ਫਰੋਨ ਦੀ ਧੀ ਦਾ ਪੁੱਤਰ ਅਖਾਉਣ ਤੋਂ ਇਨਕਾਰ ਕੀਤਾ, ਕਿਉਂ ਜੋ ਉਹ ਨੇ ਪਾਪ ਦੇ ਭੋਗ ਵਿਲਾਸ ਨਾਲ ਥੋੜੇ ਜਿਹੇ ਚਿਰ ਲਈ ਹੈ। ਪਰਮੇਸ਼ਵਰ ਦੀ ਪ੍ਰਜਾ ਨਾਲ ਜਬਰੀ ਝੱਲਣ ਨੂੰ ਬਾਲਾ ਪਸੰਦ ਕੀਤਾ। ਉਹ ਦੇ ਵਿਚਕਾਰ ਕੀਤਾ, ਭਾਈ ਮਸੀਹ ਦੇ ਨਿਮਿਤ ਨਿੰਦਿਆ ਜਾਣਾ ਮਿਸਰ ਦੇ ਖਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਫਲ ਵੱਲ ਉਹਦਾ ਧਿਆਨ ਸੀ। ਨੇਚਾ ਨਾਲ ਉਹਨੇ ਪਾਤਸ਼ਾਹ ਦੇ ਕ੍ਰੋਧ ਤੋਂ ਭੈ ਨਾ ਕਰਕੇ ਮਿਸਰ ਨੂੰ ਛੁਡਾ ਦਿੱਤਾ, ਕਿਉਂ ਜੋ ਅਲਖ ਨੂੰ ਜਾਣਦਾ ਲੱਖ ਕੇ ਤਕੜਾ ਰਿਹਾ। ਨੇਚਾ ਨਾਲ ਉਹ ਨੇ ਪਸੇ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ, ਭਾਈ ਨਾ ਹੋਵੇ ਜੋ ਪੈਲੋਠਿਆਂ ਦਾ ਨਾਸ਼ ਕਰਨ ਵਾਲਾ ਉਹਨਾਂ ਨੂੰ ਹੱਥ ਲਾਵੇ। ਨੇਚਾ ਨਾਲ ਉਹ ਲਾਲ ਸਮੁੰਦਰ ਦੇ ਵਿੱਚੋਂ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਏ। ਪਰ ਇਹ ਦਾ ਜਾਂ ਮਿਸਰੀਆਂ ਨੇ ਉਦਮ ਕੀਤਾ ਤਾਂ ਡੁੱਬ ਮੋਏ। ਨੇਚਾ ਨਾਲ ਯੂਰੋ ਦੀ ਸਫੀਲ ਤਾਂ 7 ਦਿਨਾਂ ਤੀਕ ਘੇਰੀ ਗਈ ਤਾਂ ਢਹਿ ਪਈ। ਨੇਚਾ ਨਾਲ ਰਹਾਬ ਵਿਸੇਬਾ ਫਰਤੀਤੀਆਂ ਦੇ ਸੰਗ ਨਾਸ਼ ਨਾ ਹੋਇਆ, ਕਿਉਂ ਜੋ ਉਹਨੇ ਖੋਜੀਆਂ ਨੂੰ ਸੁੱਖ ਸਾਂਹ ਨਾਲ ਆਪਣੇ ਘਰ ਉਤਾਰਿਆ। ਹੁਣ ਮੈਂ ਹੋਰ ਕੀ ਆਖਾਂ, ਕਿਉਂ ਜੋ ਵਿਹਲ ਨਹੀਂ ਭਾਈ ਗਿਦੋਨ, ਬਰਕ, ਸਿਮਚੌਨ, ਇਫਤਾ, ਦਾਊਦ, ਸੈਮੂਏਲ ਨਬੀਆਂ ਦਾ ਵਰਤਾਰਾ ਕੀਤਾ, ਜਿਨ੍ਹਾਂ ਨੇ ਨੇਚਾ ਰਾਹੀਂ ਪਾਤਸ਼ਾਹੀਆਂ ਨੂੰ ਫਤਿਹ ਕੀਤਾ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ਅੱਗ ਦੇ ਤਾਓ ਨੂੰ ਠੰਡਾ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿਕਲੇ, ਉਹ ਨਿਰਬਲ ਤਾਈਆਂ ਵਿੱਚ ਬਲੀ ਹੋਏ, ਯੁੱਧ ਵਿੱਚ ਸੂਰਮੇ ਬਣੇ, ਓਪਰਿਆਂ ਦੀਆਂ ਫੌਜਾਂ ਨੂੰ ਭੁਜਾ ਦਿੱਤਾ, ਤੀਵੀਆਂ ਨੇ ਆਪਣੇ ਮੁਰਦਿਆਂ ਨੂੰ ਫੇਰ ਜੀ ਉਠਾਇਆ ਹੋਇਆਂ ਨੂੰ ਲੱਭਿਆ, ਕਈ ਕ ਡਾਂਗਾਂ ਨਾਲ ਜਾਨੂ ਮਾਰੇ ਗਏ ਤੇ ਛੁਟਕਾਰਾ ਨਾ ਮੰਨਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ, ਅਤੇ ਕਈ ਕ ਠੱਠਿਆਂ ਨੂੰ ਉਡੀਕਦੇ ਜਾਣ ਅਤੇ ਕੋਰੜੇ ਖਾਣ ਸਗੋਂ ਜਕੜੇ ਜਾਣ ਦੇ ਕੈਦ ਹੋਣ ਨਾਲ ਪਰਤਾਏ ਗਏ। ਹਾਲੇਲੂਯਾ। ਪਰਮੇਸ਼ੁਰ ਤੁਹਾਨੂੰ ਸਾਰਿਆਂ ਨੂੰ ਇਸ ਪੜ੍ਹੀ ਗਈ ਵਚਨ ਦੁਆਰਾ ਆਸ਼ੀਸ਼ ਅਤੇ ਬਰਕਤ ਦੇਵੇ। ਆਮੀਨ।